सत श्रीकाल जी, अंबेदकर मिशन न्यूज चैनल तो बड़ा स्वागत है। मैं परमजीत सिंह संघाला, अज असी पहुंचे हाँ पिंड लसाड़ा दे विच, जिथे कि कुछ मजदूर गरीब परिवार दलित परिवार इकट्ठे हुए ने। क्यों इकट्ठे हुए ने? इन्हां जो कि पिछले लंबे समय तो सरकारां वल्लों गरीब परिवारां दे लई जो कणक दित्ती जांदी है, सो इस समय इन्हां दे 20 परिवारां दे जो कि कणक दे कार्ड कट दित्ते गए हन, सो इन्हां नूं रोस है सरकार प्रति। आओ तुहाडी गल करवावांगे इन्हां परिवारां दे नाल कि इन्हां दे कणक कट्टण दे कारण की कारण हन अते इन्हां सरकार प्रति की रोस है। साडे चैनल नूं वत्तवर शेयर सबसक्राइब करो जी। ਗਰੀਬਾਂ ਨਾਲ ਧੱਕੇ ਕਰਾਉਣ ਵਾਲੀ ਸਰਕਾਰ ਮੁਰਦਾਬਾਦ। ਗਰੀਬਾਂ ਨਾਲ ਧੱਕੇ ਕਰਾਉਣ ਵਾਲੀ ਸਰਕਾਰ ਮੁਰਦਾਬਾਦ। ਅਮੀਰਾਂ ਦੇ ਕਾਰਡ ਰੱਖਣ ਵਾਲੀ ਕਣਕ ਰੱਖਣ ਵਾਲੀ ਸਰਕਾਰ ਮੁਰਦਾਬਾਦ। ਟਿੱਪੂ ਹੋੜ ਮੁਰਦਾਬਾਦ। ਗਰੀਬਾਂ ਨਾਲ ਧੱਕੇ ਕਰਦਾ ਮੁਰਦਾਬਾਦ। ਉੱਚ ਬੁਲਾਈ ਮਹਿਕਮਾ ਮੁਰਦਾਬਾਦ। ਗਰੀਬਾਂ ਦੇ ਕਾਰਡ ਕੱਟਣ ਵਾਲੇ ਮੁਰਦਾਬਾਦ। ਸਵਰਨਜੀਤ ਕੌਰ ਆ ਵੀ ਜੀ, ਸਾਡੇ ਵੀ ਜੀ ਕਾਰਡ ਕੱਟੇ ਗਏ ਨੇ ਕਣਕ ਵਾਲੇ। ਇਹ ਤਾਂ ਹੁਣ ਪਤਾ ਹੋਊਗਾ ਵੀਰ ਜੀ, ਕੱਟਣ ਵਾਲਿਆਂ ਨੂੰ ਸਰਕਾਰ ਨੂੰ ਪਤਾ ਹੋਊ। ਨਾ ਵੀਰ ਜੀ ਕੁਛ ਨੀ ਹੈਗਾ, ਘਰੇ ਦੀ ਇਨਕੁਆਇਰੀ ਕਰ ਸਕਦੇ ਹੋ। ਬਸ ਦਿਹਾੜੀਦਾਰ ਹਾਂ ਜੀ। ਬਸ ਉਹਨੇ ਤਾਂ ਇਹ ਗੱਲ ਕਹਿਤੀ ਸੀ ਵੀ ਤੁਹਾਡੇ ਗਾਹਾਂ ਨੂੰ ਫਾਰਮ ਭਰ ਦੋ, ਤੁਹਾਡੇ ਦੁਬਾਰਾ ਕਾਰਡ ਵੰਡਣਗੇ। ਹਾਂਜੀ, ਕੀ ਮੰਗ ਕਰਦੇ ਸਰਕਾਰ? ਅਸੀਂ ਬਸ ਇਹੀ ਮੰਗ ਕਰਦੇ ਹਾਂ ਜੀ, ਸਾਡੇ ਕਾਰਡ ਦੁਬਾਰਾ ਚਾਲੂ ਕੀਤੇ ਜਾਣ। ਮੇਰਾ ਨਾਮ ਹਰਿੰਦਰ ਸਿੰਘ ਹੈ ਜੀ। ਤੁਸੀਂ ਇਸ ਪਿੰਡ ਦੇ ਸਰਪੰਚ ਹੋ? ਨਹੀਂ ਮੈਂ ਨਹੀਂ ਜੀ, ਮੇਰੇ ਮਤਲਬ ਜੋ ਵਾਈਫ ਨੇ ਘਰਦੇ ਨੇ ਮੇਰੇ, ਉਹ ਸਰਪੰਚ ਨੇ ਜੀ। ਅਤੇ ਜੋ ਮੰਨ ਕੇ ਚਲੋ ਬਾਹਰ ਅੰਦਰ ਜੇ ਕਿਤੇ ਕੋਈ ਇਕੱਠ ਬੈਠਾ ਤਾਂ ਜਾਂਦਾ ਹੁੰਦਾ ਮੈਂ ਜੀ, ਮਤਲਬ ਲਾ ਲਓ ਮੇਰੇ ਵਾਈਫ ਵੀ ਆਉਂਦੇ ਨੇ, ਮੈਂ ਵੀ ਆ ਜਾਂਦਾ ਜੀ। ਅਤੇ ਤੁਹਾਡੇ ਪਿੰਡ ਦੇ ਗਰੀਬ ਪਰਿਵਾਰ ਦੇ ਲੋਕਾਂ ਵੱਲੋਂ ਇਲਜ਼ਾਮ ਲਗਾਇਆ ਕਰ ਰਹੇ ਵੀ ਸਾਡੇ ਡਿਪੂ ਹੋਲਡਰ ਵੱਲੋਂ ਜਾਂ ਸਰਕਾਰ ਵੱਲੋਂ ਜਿਹੜੇ ਕਣਕ ਵਾਲੇ ਫ੍ਰੀ ਵਾਲੀ ਕਣਕ ਦੇ ਕਾਰਡ ਕੱਟੇ ਗਏ ਨੇ, ਕੀ ਇਹ ਰੰਜਸ ਕਾਰਨ ਕੱਟੇ ਗਏ ਨੇ ਜਾਂ ਪਾਰਟੀ ਵਾਈ ਕਾਰਨ ਕੱਟੇ ਗਏ ਨੇ? ਇਸ ਦੇ ਵਿੱਚ ਇਹ ਕਾਰਨ ਆ ਜੀ, ਦੇਖੋ ਡਿਪੂ ਹੋਲਡਰ ਵੱਲੋਂ ਪਹਿਲਾਂ ਤਾਂ ਸਾਨੂੰ ਕੱਟ ਲਾਇਆ ਗਿਆ ਜੀ ਪਿਛਲੀ ਵਾਰ। ਚਲੋ ਅਸੀਂ ਉਹਨਾਂ ਨੂੰ ਡਿਪੂ ਹੋਲਡਰ ਨੂੰ ਕਿਹਾ ਵੀ ਇਹਨਾਂ ਦੀ ਜੋ ਬਣਦੀ ਆ ਇਹਨਾਂ ਨੂੰ ਜਿਹੜੇ ਮਗਰ ਪਰਿਵਾਰ ਰਹਿ ਗਏ ਇਹਨਾਂ ਨੂੰ ਇਹਨਾਂ ਦਾ ਹੱਕ ਦਿੱਤਾ ਜਾਵੇ। ਸਾਡੇ ਕਹਿਣ ਤੇ ਉਹਨਾਂ ਨੇ ਸੁਣਵਾਈ ਕਰੀ ਤਾਂ ਸਾਨੂੰ 35 ਕੁਇੰਟਲ ਦੁਬਾਰਾ ਸਾਡੇ ਕਹੇ 'ਤੇ ਕਣਕ ਦੁਬਾਰਾ ਆਈ ਅਤੇ ਉਹ ਗਰੀਬ ਪਰਿਵਾਰਾਂ 'ਚ ਵੰਡੀ ਗਈ ਜੀ। ਅਤੇ ਇਸ ਵਾਰ ਉਦੋਂ ਬਾਅਦ ਜਦੋਂ ਕਣਕ ਆਈ ਤਾਂ 20 ਪਰਿਵਾਰਾਂ ਦੇ ਫੈਮਲੀਆਂ ਦੇ ਕਾਰਡ ਬਿਲਕੁਲ ਹੀ ਕੱਟ ਦਿੱਤੇ ਗਏ ਜੀ। ਉਹਦੇ ਵਿੱਚੋਂ 3 ਫੈਮਲੀਆਂ ਜੋ ਜਰਨਲ ਨੇ ਜੀ, 6 ਫੈਮਲੀਆਂ BC ਨੇ ਜੀ, 11 ਫੈਮਲੀਆਂ ਨੇ ਜੀ SC ਭਾਈਚਾਰੇ 'ਚੋਂ। ਤੋ ਜੋ ਮੈਂ ਪਿੰਡ ਦੇ ਸਰਪੰਚ ਮੇਰੇ ਘਰਦਿਆਂ ਦੇ ਹੋਣ ਦੇ ਨਾਂ 'ਤੇ ਮੈਂ ਆਪਦੇ ਤੌਰ 'ਤੇ ਮੈਂ ਸਾਬਕਾ ਪੰਚਾਇਤ ਮੈਂਬਰ ਵੀ ਰਿਹਾ ਜੀ, ਮੇਰੇ ਬੰਨਿਓ ਵੈਰੀਫਿਕੇਸ਼ਨ ਇਹ ਆ ਜੀ, ਮੇਰੇ ਪਿੰਡ ਦੇ ਵਿੱਚ ਆ ਕੇ ਕੋਈ ਵੀ ਉੱਚ ਅਧਿਕਾਰੀ ਇਹ ਵੈਰੀਫਿਕੇਸ਼ਨ ਕਰ ਸਕਦੇ ਵੀ ਜਿਹੜੀਆਂ ਫੈਮਲੀਆਂ ਨੇ ਇਹਨਾਂ ਦੇ ਅਕਾਊਂਟ ਚੈੱਕ ਕਰ ਲਵੇ, ਬੈਂਕਾਂ ਦੇ ਖਾਤੇ ਵੀ ਇਹਨਾਂ ਦੇ ਕੋਲ ਕੀ ਹੈਗਾ। ਇਹ ਸਾਰੇ ਮਜ਼ਦੂਰੀਦਾਰ ਬੰਦੇ ਨੇ ਜੀ, ਅਤੇ ਵਿੱਚੋਂ ਕੁਛ ਫੈਮਲੀਆਂ ਤਾਂ ਨਰੇਗਾ 'ਚ ਲੱਗ ਕੇ ਆਪਦਾ ਗੁਜ਼ਾਰਾ ਕਰਦੀਆਂ ਨੇ ਜੀ ਘਰ ਦਾ। ਭਾਵ ਕਿ ਜੀ ਇਹਨਾਂ ਕੋਲ ਜਿਹੜੀ ਜੋ ਕਣਕਾਂ ਹੁਣ ਆਉਣੀ ਸੀਗੀ ਉਹ ਕਣਕ ਦੇ ਸਿਰ ਨਾਲ ਇਹਨਾਂ ਦਾ ਉਹ ਕਣਕ ਨਾਲ ਹੀ ਇਹਨਾਂ ਨੇ ਆਪਦੇ ਘਰ ਦੇ ਵਿੱਚ ਆਟਾ ਪਕਾਉਣਾ ਸੀਗਾ ਅਤੇ ਰੋਟੀ ਪ੍ਰਸ਼ਾਦਾ ਉਹਦੇ ਸਿਰ ਤੋਂ ਹੀ ਚੱਲਣਾ ਸੀਗਾ। ਅਤੇ ਇਹ ਬਹੁਤ ਪਰੇਸ਼ਾਨ ਹੋ ਗਏ ਉਸ ਦਿਨ ਦੇ, ਤੋਂ ਵਿੱਚੋਂ 1-2 ਫੈਮਲੀਆਂ ਤਾਂ ਡਿਪਰੈਸ਼ਨ 'ਚ ਵੀ ਨੇ ਵੀ ਇਹ ਸਾਨੂੰ ਕਣਕ ਕੱਟੀ ਗਈ ਸਾਡਾ ਬਣੂਗਾ ਕੀ। ਅਤੇ ਅਸੀਂ ਇਸ ਸਿਲਸਿਲੇ ਦੇ ਵਿੱਚ ਡਿਪੂ ਹੋਲਡਰ ਜੀ ਨਾਲ ਗੱਲ ਕਰੀ, ਉਹ ਕਹਿੰਦੇ ਵੀ ਸਰਪੰਚ ਇਹਨਾਂ ਦੇ ਕਾਰਡ ਪਿੱਛੋਂ ਕੱਟ ਗਏ ਨੇ ਕੋਈ ਵੈਰੀਫਿਕੇਸ਼ਨ ਦੇ ਤੌਰ 'ਤੇ। ਅਤੇ ਅਸੀਂ ਉਹਨਾਂ ਨੂੰ ਇਹ ਵੀ ਗੱਲ ਦੱਸੀ ਵੀ ਇਹ ਤਾਂ ਬਿਲਕੁਲ ਗਰੀਬ ਪਰਿਵਾਰ ਨੇ, ਇਹਨਾਂ ਦੇ ਕਾਹਤੇ ਕੱਟੇ ਗਏ। ਅਤੇ ਉਦੋਂ ਬਾਅਦ ਅਸੀਂ ਇੱਕ ਲਿਸਟ ਬਣਾਈ 20 ਕਾਰਡਾਂ ਦੀ, ਅਤੇ ਸਾਡੇ ਇੱਥੇ ਆਮ ਆਦਮੀ ਪਾਰਟੀ ਵੱਲੋਂ ਚੇਅਰਮੈਨ ਨੇ ਕਰਨ ਸਿਓੜਾ ਜੀ, ਅਸੀਂ ਉਹਨਾਂ ਨੂੰ ਗੁਰੂ ਘਰ ਸਾਡੇ ਉਹ ਆਏ ਸੀਗੇ ਸ਼ੁਕਰਾਨਾ ਤੌਰ 'ਤੇ, ਅਸੀਂ ਉੱਥੇ ਉਹਨਾਂ ਨੂੰ ਉਹ ਲਿਸਟ ਦਿੱਤੀ ਤਾਂ ਉਹਨਾਂ ਨੇ ਸਾਨੂੰ ਯਕੀਨ ਦਵਾਇਆ ਕਿ ਇਹਨਾਂ ਦੇ ਅੱਗੇ ਵਾਸਤੇ ਕਾਰਡ ਚਾਲੂ ਕਰਵਾ ਦਾਂਗੇ। ਅਤੇ ਇਸ ਵਾਰ ਜੋ ਇਹਨਾਂ ਨੂੰ ਕਣਕ ਆ ਵੀ ਉਹ ਨਹੀਂ ਮਿਲ ਸਕਦੀ, ਅਗਲੀ ਵਾਰ ਮਿਲ ਜੂ। ਤਾਂ ਉਸ ਤੋਂ ਬਾਅਦ ਜੋ ਡਿਪੂ ਹੋਲਡਰ ਸਾਡੇ ਪਿੰਡ ਕਣਕ ਵੰਡਣ ਆਇਆ, ਅਸੀਂ ਇਹੀ ਕਿਹਾ ਉਹਨੂੰ ਵੀ ਜੇ ਭਾਈ ਸਾਡੇ ਜੋ ਫੈਮਲੀਆਂ ਨੇ ਗਰੀਬ ਪਰਿਵਾਰ ਨੇ ਇਹਨਾਂ ਨੇ ਇਹੀ ਗੱਲ ਕਹੀ ਵੀ ਜੇ ਤਾਂ ਸਾਨੂੰ ਸਾਰਿਆਂ ਨੂੰ ਕਣਕ ਦਵੋਗੇ ਵੀ ਤਾਂ ਅਸੀਂ ਸਾਰੀ ਲੈ ਲਾਂਗੇ, ਵੀ ਜੇ ਸਾਡੇ 20 ਘਰ ਭੁੱਖੇ ਬੈਠੇ ਨੇ ਤਾਂ ਅਸੀਂ 100 ਘਰ ਭੁੱਖਾ ਰਹਿ ਪਾਂਗੇ, ਤਾਂ ਸਾਨੂੰ ਤੁਹਾਡੀ ਕਣਕ ਦੀ ਫ੍ਰੀ ਦੀ ਲੋੜ ਨਹੀਂ ਹੈਗੀ। ਅਗਰ ਜੇ ਤੁਸੀਂ ਸਾਨੂੰ ਸਾਰਿਆਂ ਨੂੰ ਕਣਕ ਦਵੋਗੇ ਤਾਂ ਅਸੀਂ ਕਣਕ ਦਵਾਂਗੇ, ਕਿਉਂਕਿ ਇਹ ਜੋ ਭਾਈਚਾਰਾ ਸਾਰਾ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ। ਅਤੇ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਵਿੱਚੋਂ ਸਰਦਾਰ ਜੋਰਾ ਸਿੰਘ ਨੇ ਪ੍ਰੈਸ ਨਾਲ ਸੰਪਰਕ ਕਰਿਆ ਜੀ, ਅਸੀਂ ਪ੍ਰੈਸ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇੱਕ SC ਪਰਿਵਾਰ ਦੇ ਬੰਦੇ ਦੇ ਕਹੇ 'ਤੇ ਸਾਡੇ ਪਿੰਡ ਆਉਣ ਦਾ, ਅਸੀਂ ਬਹੁਤ ਜ਼ਿਆਦਾ ਕੋਟੀ ਕੋਟ ਧੰਨਵਾਦ ਕਰਦੇ ਹਾਂ। ਅਸੀਂ ਇਹ ਗੱਲ ਕਹਿੰਦੇ ਹਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ,
जातिवाद तो उपर उठ के कि जो परिवारों का बनता हक इन्हों दिता जाए। असी गौरमेंट के भी पंजाब सरकार के जो उच्च अधिकारी ने यार मीडिया के बहुत ज्यादा धन्यवादी होवांगे। हरपाल कौर जी, सानू कणक नहीं मिलती, कणक दे काट कटते। हां जी, किने कटे मुंडे कार्ड? ए सज्जू ने। सज्जू कौन आ? सज्जू इंस्पेक्टर। किन्ने टाइम तो जेड़े मुंडे कार्ड कटे गए? सानू तन गए रहे, असी गड्डी मोड़ी आ जी। अच्छा जी, गड्डिया मोड़ के फिर सानू पर्ची कटदे ने। हां, आज दी हुण कहंदे छोटे जमे ही कार्ड कटे गए। हाँ जी, ਤੁਸੀਂ ਕਿਸੇ ਉੱਚ ਅਧਿਕਾਰੀ ਨੂੰ ਬਣਨ ਦੀ ਕੋਸ਼ਿਸ਼ ਕੀਤੀ ਕਾਰਡ ਕੱਟਣ ਦੇ ਸੰਬੰਧ ਦੇ ਵਿੱਚ? ਨਹੀਂ ਜੀ। ਕਿਸੇ ਦਫ਼ਤਰ ਦੇ ਵਿੱਚ ਜਾ ਕੇ? ਨਾ, ਅਸੀਂ ਕਿਤੇ ਨਹੀਂ ਗਏ। ਅਸੀਂ ਤਾਂ ਜੋਰਾ ਸਿੰਘ ਦੇ ਕੋਲੇ ਇਕੱਠੇ ਹੋ ਕੇ ਆ ਵੀਰ ਜੀ ਨੂੰ ਕਿਹਾ ਵੀ ਸਾਡਾ ਹੱਲ ਕਰੋ। ਕੋਈ ਕੰਮ ਨਹੀਂ ਮੰਗ ਕਰਦੇ ਹੋ ਸਰਕਾਰ ਦੇ? ਅਸੀਂ ਜੀ ਕਣਕ ਮੰਗਦੇ ਆ, ਸਾਡਾ ਅਸੀਂ ਢਿੱਡ ਕਣਕ ਤਾਂ ਅਸੀਂ ਲਈਏ ਨਹੀਂ ਵੀ ਆਊਗੀ, ਚਲੋ ਉਹੀ ਕਣਕ ਨਾਲ ਸਾਡਾ ਸਰ ਜਾਂਦਾ ਸੀ। ਕੀ ਕੰਮ ਕੀ ਆਪਣੇ ਘਰ ਪਰਿਵਾਰ 'ਚ ਕਮਾਉਣ ਵਾਲੇ ਕਿੰਨੇ ਕੁ ਬੰਦੇ ਹੈਗੇ ਨੇੜੇ? ਨਾ ਜੀ, ਮੇਰਾ ਘਰੋਂ ਮਰਿਆ ਹੋਇਆ। अपने लसाड़े पिंड का की मसला? कार्ड कूड कटे गए इत्थे कुछ गरीब लोगों के। पिछली बारी 30% घट सी, थानू भी पता ही होना। 70% सी कणक। हां जी, ओ तो बाद फिर डीसी लेवल ते रीवेरिफिकेशन हुई है, ओदे च कटे गए कार्ड। हां, ए ता लोड़बंद परिवार ने जी, कहंदे जमीन वाले ते हैगे ने जिहड़े हुण उरे बैठे ने, गरीब परिवार बैठे ने, ए कहंदे साडे कटे गए ने, वी जिहड़े जमीन वाले हैगे ने जिन्हां को जमीन हैगी उहनां नूं लगी है कणक। फिर ओ रीवेरिफिकेशन ते डिपेंड करदा जी किवें हुई है किवें नहीं हुई। अपने टोटल कार्ड मिला 15-16 के लसाड़े लखो वास्ते ने, 15 के इधर दूजे ने, बहुते ज्यादा तां कार्ड कट्टे भी नहीं गए मिला। 15-16 फिर गरीबां दे कट्टे गए ने ना, लोड़वंदां दे कट्टे गए ने। ठीक है जो भी सरकार दा हुक्म होगा फिर उस हिसाब नाल। ਨਹੀਂ ਸਰ, ਜਿਹੜੇ ਹੁਣ ਹਾਲ ਦੀ ਘੜੀ ਮਸ਼ੀਨ 'ਚ ਨਹੀਂ ਆ ਰਹੇ ਨਾ, ਉਹ ਤਾਂ ਕੋਟਾ ਹੀ ਨਹੀਂ ਹੈਗਾ ਉਹ। ਅੱਛਾ, ਹਾਂਜੀ ਹਾਂ ਹਾਂ, ਜਿੰਨਾਂ ਦਾ ਮਤਲਬ ਕੋਟਾ ਆਇਆ ਉਹ ਤਾਂ ਉਨੀ ਕਣਕ ਹੁੰਦੀ ਹੈ ਜੀ। ਵੈਸੇ ਇਹਦੀ ਰੀਵੈਰੀਫਿਕੇਸ਼ਨ ਕਰਦਾ ਕੌਣ ਹੁੰਦਾ ਹੈ, ਤੁਸੀਂ ਕਰ ਦਿੰਦੇ? ਇਹ ਡੀਸੀ ਲੈਵਲ ਤੋਂ ਹੁੰਦੀ ਹੈ ਜੀ, ਨਹੀਂ ਸਾਡਾ ਮਹਿਕਮਾ ਬਾਹਰ ਹੈ ਜੀ ਰੀਵੈਰੀਫਿਕੇਸ਼ਨ। ਅੱਛਾ, ਫੂਡ ਸਪਲਾਈ ਬਾਹਰ ਹੈ ਜੀ। ਓਕੇ, ਹਾਂਜੀ ਹਾਂਜੀ, ਤੇ ਹੁਣ ਫਿਰ ਦੁਬਾਰੇ ਜੀ ਰੀਵੈਰੀਫਿਕੇਸ਼ਨ ਹੋ ਕੇ ਫੇਰ ਲੱਗ ਹੋਣਗੇ। ਹਾਂਜੀ ਹਾਂਜੀ, ਓਕੇ ਓਕੇ ਬ੍ਰਦਰ। ਹਾਂਜੀ ਠੀਕ ਹੈ।